ਇਹ ਜਿਹੜਾ ਹਮਲਾ ਹੈ ਇਹ ਕੋਈ ਅਚਨਚੇਤੀ ਵਰਤਿਆ ਹੋਇਆ ਵਰਤਾਰਾ ਨਹੀਂ ਸੀ ਬਹੁਤ ਦੇਰ ਪਹਿਲਾਂ ਤੋਂ ਇਹ ਘੜਤ ਘੜੀ ਗਈ ਸੀ ਇੱਕ ਮਿਸ਼ਨ ਰੰਕਾਰੀ ਮਿਸ਼ਨ ਜਿਹਨੂੰ ਆਖਦੇ ਸਨ ਉਹਨਾਂ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਖਿਲਵਾੜ ਕੀਤਾ ਤੇ ਜਦੋਂ ਜੂਨ 1984 ਦਾ ਇਹ ਸਾਕਾ ਵਰਤਿਆ ਇਹ ਘੱਲੂਘਾਰਾ ਵਰਤਿਆ ਜਿਹੜਾ ਆਰ ਐਸ ਦਿਆਲ ਹੈ ਜਿਹੜਾ ਜਨਰਲ ਹੈ ਉਹ ਵੀ ਨਿਰੰਕਾਰੀ ਮਿਸ਼ਨ ਦਾ ਇੱਕ ਪ੍ਰਮੁੱਖ ਪੈਰੋਕਾਰ ਤੇ ਬੇਨਤੀ ਕਰਾਂ ਇਹ ਜਿਹੜਾ ਹਮਲਾ ਹੈ ਇਹ ਕੋਈ ਅਚਨਚੇਤੀ ਵਰਤਿਆ ਹੋਇਆ ਵਰਤਾਰਾ ਨਹੀਂ ਸੀ ਬਹੁਤ ਦੇਰ ਪਹਿਲਾਂ ਤੋਂ ਇਹ ਘੜਤ ਘੜੀ ਗਈ ਸੀ ਜਦੋਂ ਵਿਸਾਖੀ 1978 ਦਾ ਜਿਹੜਾ ਸਾਕਾ ਵਰਤਿਆ ਕੀ ਸੀ ਇੱਕ ਮਿਸ਼ਨ ਰੰਕਾਰੀ ਮਿਸ਼ਨ ਜਿਹਨੂੰ ਆਖਦੇ ਸਨ ਉਹਨਾਂ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਖਿਲਵਾੜ ਕੀਤਾ ਔਰ ਕੁਛ ਗੁਰੂ ਪਿਆਰੇ ਭਾਈ ਫੌਜਾ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਸਮੇਤ ਉਹਨਾਂ ਨੂੰ ਇਹ ਬੇਨਤੀ ਕਰਨ ਲਈ ਗਏ ਵੀ ਇਹ ਗੱਲਾਂ ਤੁਹਾਡੇ ਲਈ ਚੰਗੀਆਂ ਨਹੀਂ ਪਰ ਜੋ ਜਵਾਬ ਵਿੱਚ ਹੋਇਆ ਉਹ ਆਪਾਂ ਜਾਣਦੇ ਹਾਂ 13 ਸਿੱਖ ਭਾਈ ਫੌਜਾ ਸਿੰਘ ਜੀ ਸਰਸਣੇ ਸ਼ਹੀਦ ਕਰ ਦਿੱਤੇ ਗਏ ਅਤੇ ਸੈਂਕੜੇ ਹੋਰ ਜਿਹੜੇ ਸਨ ਜਿਹਨਾਂ ਨੂੰ ਜਿਹੜੇ ਜ਼ਖਮੀ ਹੋ ਗਏ ਜਿਹੜੇ ਘਾਇਲ ਕਰ ਦਿੱਤੇ ਗਏ ਪਰ ਇੱਥੇ ਇਹ ਗੱਲ ਕੋਇਨਸੀਡੈਂਟ ਨਹੀਂ ਉਦੋਂ ਵੀ ਸ਼ੁਰੂਆਤ ਕਰਨ ਵਾਲਾ ਨਿਰੰਕਾਰੀ ਮਿਸ਼ਨ ਅਤੇ ਜਦੋਂ ਜੂਨ 1984 ਦਾ ਇਹ ਸਾਕਾ ਵਰਤਿਆ ਇਹ ਘੱਲੂਘਾਰਾ ਵਰਤਿਆ ਜਿਹੜਾ ਆਰ ਐਸ ਦਿਆਲ ਹੈ ਜਿਹੜਾ ਜਨਰਲ ਹੈ ਉਹ ਵੀ ਨਿਰੰਕਾਰੀ ਮਿਸ਼ਨ ਦਾ ਇੱਕ ਪ੍ਰਮੁੱਖ ਪੈਰੋਕਾਰ ਹੈ ਇਹ ਕੜੀਆਂ ਉਦੋਂ ਤੋਂ ਲੈ ਕੇ ਸਿੱਖਾਂ ਦੇ ਪ੍ਰਤੀ ਜੋ ਨਫ਼ਰਤ ਦਾ ਬੀਜ ਬੀਜਿਆ ਜਾ ਰਿਹਾ ਸੀ ਇਹ ਚੱਲਦਾ ਆ ਰਿਹਾ ਸੀ ਹੁਣ ਨਵੰਬਰ ਦਸੰਬਰ 1982 ਵਿੱਚ ਏਸ਼ੀਆਡ ਖੇਡਾਂ ਹੋਈਆਂ ਜਿਹਦੇ ਵਿੱਚ ਅਫਰੀਕਨ ਅਤੇ ਅਰਬ ਦੇਸ਼ਾਂ ਦੇ ਮੁਲਕਾਂ ਨੇ ਵੀ ਭਾਗ ਲਿਆ ਜਿਸ ਵਿੱਚ ਰੂਸ ਚੀਨ ਜਪਾਨ ਆਦਿਕ ਹੋਰ ਮੁੱਖ ਦੇਸ਼ ਜਿਹੜੇ ਸ਼ਾਮਿਲ ਸਨ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਮੈਮੋਰੈਂਡਮ ਦੇਣ ਲਈ ਟੀਮਾਂ ਤਿਆਰ ਕੀਤੀਆਂ ਕੁਛ ਕਿਤਾਬ 'ਚ ਉੱਥੇ ਵੰਡਣ ਵਾਸਤੇ ਦਿੱਤੇ ਦੱਸੇ ਭੇਜੇ ਕਿ ਸਿੱਖਾਂ ਨਾਲ ਕਿਸ ਢੰਗ ਨਾਲ ਅਨਿਆਂ ਹੋ ਰਿਹਾ ਕਿਸ ਢੰਗ ਨਾਲ ਧੱਕਾ ਹੋ ਰਿਹਾ ਔਰ ਉਸ ਕੇਵਲ ਉਹਨਾਂ ਨੁਮਾਇੰਦਿਆਂ ਨੂੰ ਮਿਲਣ ਲਈ ਜਾਂ ਉਹ ਇੱਕ ਲੀਫਲੈਟ ਵੰਡਣ ਦੇ ਜਿਹੜੇ ਲਗਾਏ ਨੇ ਹਰਿਆਣੇ ਵਿੱਚ ਤੀ ਲੰਘ ਕੇ ਉਸ ਮੌਕੇ ਦੇ ਹੁਕਮਰਾਨਾਂ ਦੀ ਸ਼ਹਿਰ 'ਤੇ ਜੋ ਕੁਝ ਉਹਨਾਂ ਨਾਲ ਵਾਪਰਿਆ ਉਹ ਆਪ ਜੀ ਸ਼ਾਇਦ ਜਾਣਦੇ ਹੋ ਉਹਨਾਂ ਨੂੰ ਜਲੀਲ ਕੀਤਾ ਗਿਆ ਉਹਨਾਂ ਦੀਆਂ ਗੱਡੀਆਂ ਦੀਆਂ ਤਲਾਸ਼ੀਆਂ ਲਈਆਂ ਗਈਆਂ ਰੇਲ ਗੱਡੀਆਂ ਰੋਕ ਰੋਕ ਕੇ ਸਿੱਖਾਂ ਨੂੰ ਕੱਢ ਕੇ ਉਹਨਾਂ ਨੂੰ ਟੋਰਚਰ ਕੀਤਾ ਗਿਆ ਉਹਨਾਂ 'ਤੇ ਲਾਠੀ ਚਾਰਜ ਕੀਤਾ ਗਿਆ ਔਰ ਈਵਨ ਕੁਛ ਥਾਵਾਂ 'ਤੇ ਗੋਲੀਆਂ ਮਾਰ ਕੇ ਬੰਦੇ ਮਾਰ ਵੀ ਦਿੱਤੇ ਗਏ ਜਿਹਦੇ ਵਿੱਚ ਚੀਫ ਏਅਰ ਮਾਰਸ਼ਲ ਅਰਜਨ ਸਿੰਘ ਵਰਗੇ ਜਿਹੜੇ ਪ੍ਰੋ ਗੌਰਮੈਂਟ ਬੰਦੇ ਸਨ ਔਰ ਇਹਨਾਂ ਉੱਚੀਆਂ ਪਦਵੀਆਂ 'ਤੇ ਵੀ ਰਹੇ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਬ੍ਰਿਗੇਡੀਅਰ ਤੱਕ ਨੂੰ ਪਰ ਬਸ਼ਰਤੇ ਉਹਦੇ 'ਤੇ ਸਿਰ 'ਤੇ ਪੱਗ ਹੋਵੇ ਉਹਨਾਂ ਸਾਰਿਆਂ ਨੂੰ ਰੋਕ ਕੇ ਉੱਥੇ ਜਲੀਲ ਕੀਤਾ ਗਿਆ ਤਲਾਸ਼ੀਆਂ ਲਈਆਂ ਗਈਆਂ ਔਰ ਵਾਪਸ ਮੋੜ ਦਿੱਤਾ ਗਿਆ ਦਿੱਲੀ ਵੱਲ ਨੂੰ ਜਾਣ ਦਾ ਉਹਨਾਂ ਦਾ ਹਰ ਰਸਤਾ ਹਰ ਵਰਵਾ ਜਿਹੜਾ ਉਹਨਾਂ ਨੇ ਕਾਮਯਾਬ ਨਹੀਂ ਹੋਣ ਦਿੱਤਾ ਕਾਰਨ ਕੀ ਸਿੱਖ ਜਿਹੜੇ ਨੇ ਹਿੰਦੁਸਤਾਨ ਦਾ ਹਿੱਸਾ ਨਹੀਂ ਸਨ ਕਿ ਸਿੱਖ ਆਪਣੇ ਮੁਲਕ ਵਿੱਚ ਵੀ ਇਹ ਘੁੰਮਣਾ ਤਾਂ ਉਹਨਾਂ ਨੂੰ ਕਿਸੇ ਤੋਂ ਇਜਾਜ਼ਤ ਲੈਣੀ ਪਏਗੀ ਦੇਖੋ ਇਹ ਜਲੀਲ ਕਰਨਾ ਪੇਸ਼ ਕਰਨਾ ਉਹ ਤੋਂ ਬਾਅਦ 15 ਫਰਵਰੀ ਤੋਂ 20 ਫਰਵਰੀ 1984 ਵਿੱਚ ਇਸੇ ਹਰਿਆਣੇ ਵਿੱਚ ਸਿੱਖਾਂ ਨੂੰ ਰੱਜ ਕੇ ਜਲੀਲ ਕੀਤਾ ਗਿਆ ਗੁੰਡਿਆਂ ਵੱਲੋਂ ਸਰਕਾਰੀ ਸ਼ਹਿਰ 'ਤੇ ਕੀਤਾ ਗਿਆ ਔਰ ਬੀਬੀਆਂ ਦੀ ਸ਼ਰੇਆਮ ਪਤ ਲੁੱਟੀ ਗਈ ਤਕਰੀਬਨ ਦਰਜਨ ਦੇ ਕਰੀਬ ਸਿੱਖ ਜਿਹੜੇ ਨੇ ਉਹ ਕਤਲ ਵੀ ਕੀਤੇ ਗਏ ਇਹ ਰਿਕਾਰਡ ਅਤੇ ਮਸੂਦ ਨੇ ਇਤਿਹਾਸ ਗਵਾਹ ਇਹਨਾਂ ਗੱਲਾਂ ਦਾ ਔਰ ਉਹ ਤੋਂ ਬਾਅਦ ਕਿਸੇ ਨੇ ਕਿਸੇ ਗੱਲ ਦਾ ਕੋਈ ਜਿਹੜਾ ਉਹ ਨੋਟਿਸ ਨਹੀਂ ਲਿਆ ਲੇਕਿਨ ਗੱਲ ਸੀ ਸਿੱਖਾਂ ਨੂੰ ਜਲੀਲ ਕਰਨ ਦੀ ਮੀਡੀਆ ਰਾਹੀਂ ਪੂਰਾ ਜ਼ੋਰ ਲਾ ਕੇ ਸਿੱਖਾਂ ਨੂੰ ਅੱਤਵਾਦੀ ਬਕਵਾਦੀ ਦ੍ਰਿਸ਼ਤੋਹੀ ਟੈਰੋਰਿਸਟ ਕਾਤਲ ਆਖ ਆਖ ਕੇ ਪੰਡਿਆ ਗਿਆ ਦੱਸੋ ਕਿਹੜੀ ਮੰਗ ਸੀ ਜਿਹੜਾ ਜਿਹੜੀਆਂ ਮੰਗਾਂ ਦਾ ਚਾਰਟਰ ਦੇਣ ਵੀ ਗਏ ਸਨ ਜਿਹੜੀ ਵੱਖਵਾਦੀ ਸੀ ਗਲਤ ਸੀ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਜਿਹੜਾ ਉਸ ਸ਼ਹਿਰ ਨੂੰ ਪਵਿੱਤਰ ਦਰਜਾ ਦਿੱਤਾ ਜਾਵੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਬਹੁਤ ਸਾਰੇ ਹਿੰਦੂਆਂ ਦੇ ਜਿਹੜੇ ਅਸਥਾਨ ਨੇ ਧਾਰਮਿਕ ਅਸਥਾਨ ਨੇ ਉਹਨਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਅੱਗੇ ਆਲਰੇਡੀ ਦਿੱਤਾ ਜਾ ਚੁੱਕਾ ਮੁਬਾਰਕ ਹੋਵੇ ਹੋਰ ਮਿਲਣਾ ਚਾਹੀਦਾ ਪਰ ਲੇਕਿਨ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਜੇ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਦਵਾਉਣਾ ਹੈ ਅਤੇ ਸਿੱਖਾਂ ਨੂੰ ਜਾਨਾਂ ਹੋਲਣੀਆਂ ਪੈਂਦੀਆਂ ਨੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਫਿਰ ਅਸੀਂ ਇੱਕ ਰੇਲ ਗੱਡੀ ਦਾ ਨਾਂ ਗੋਲਡਨ ਟੈਂਪਲ ਐਕਸਪ੍ਰੈਸ ਰੱਖ ਦਿਓ ਹੁਣ
ਜੇ ਕੋਈ ਪੁੱਛਣ ਵਾਲਾ ਹੋਵੇ 2 ਰੁਪਈਏ ਦਾ ਰੰਗ ਨਹੀਂ ਲੱਗਦਾ ਉਹਦੇ ਉੱਤੇ, ਸਿਰਫ ਉਹ ਨਾਂ ਲਿਖਣ ਲਈ ਕੀ ਗੋਲਡਨ ਟੈਂਪਲ ਐਕਸਪ੍ਰੈਸ ਰੱਖਣ ਨਾਲ ਉਹਦੇ ਪਹੀਏ ਜ਼ਿਆਦਾ ਘਸਣੇ ਸਨ, ਤੇਲ ਵੱਧ ਖਾਣਾ ਸੀ, ਗੈਸ ਵੱਧ ਫੂਕਣੀ ਸੀ, ਜਾਂ ਉਹਨੇ ਸਵਾਰੀਆਂ ਘੱਟ ਚੁੱਕਣੀ। ਗੱਲ ਤਾਂ ਕੇਵਲ ਸਿੱਖਾਂ ਨੂੰ ਜਲੀਲ ਕਰਨ, ਇੱਕ ਬੇਬੁਨਿਆਦ ਜੀਆਂ ਛੋਟੀਆਂ ਛੋਟੀਆਂ ਗੱਲਾਂ ਵੀ ਜੇ ਕੋਈ ਮਨੁੱਖ ਨਹੀਂ ਦੇ ਸਕਦਾ, ਚੰਡੀਗੜ੍ਹ ਜਾਂ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ, ਜਾਂ ਪਾਣੀਆਂ ਦਾ ਮਸਲਾ, ਪਾਣੀ ਜਿਹੜਾ ਪੰਜਾਬ ਦਾ ਨਾਂ ਖੋਇਆ ਜਾਵੇ, ਇਹਦੇ ਵਿੱਚ ਦੱਸੋ ਕੀ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਦਾ ਆਪਣਾ ਕੋਈ ਮਵਾਦ ਸੀ? ਸਮੁੱਚੇ ਪੰਜਾਬੀਅਤ ਲਈ ਇਹ ਗੱਲਾਂ ਕੀਤੀਆਂ ਗਈਆਂ, ਪਰ ਲੇਕਿਨ ਕੀ ਪੰਜਾਬ ਜਿਹੜਾ ਉਹ ਹਿੰਦੁਸਤਾਨ ਦਾ ਸੂਬਾ ਨਹੀਂ ਸੀ ਜਿਹਦੀ ਭਲਾਈ ਦੀ ਗੱਲ ਨਹੀਂ ਕਰ ਸਕਦੇ?